ਲੱਗਦਾ ਤੇਰੇ ਵਾਲ ਕੰਬ ਚ ਉੱਡੇ ਆ ਹਨਾ। ਤੂੰ ਐ ਕਰ, ਉਹ ਥੇ ਨਾ ਆਪਣੇ ਪਾਰਾਂ ਦੋ ਡਰਮੀਆਂ ਪਈਆਂ ਸਪਰੇ ਵਾਲੀਆਂ, ਤੇ ਆਪਣੀ ਨਾ ਪਨੀਰੀ ਦੇ ਉੱਤੇ ਸਪਰੇ ਕਰ ਦੇ ਥੋੜੀ ਜੀ, ਇੱਕ ਕਾਲੀ ਆ ਬਚਾ ਕੇ ਚੱਕੀ, ਠੀਕ ਆ ਡਰਮੀ। ਯਾਰ ਉਹਨੇ ਤਾਂ ਆਖਿਆ ਸੀਗਾ ਇੱਕ ਕਾਲੀ ਆ ਤੇ ਦੂਜੀ ਹੈਗੀ ਆ ਖੇਤ ਵਾਲੀ, ਹੁਣ ਦੋਵੇਂ ਇੱਕੋ ਜੀਆਂ, ਇਹਦੇ ਚੋਂ ਕਾਲੀ ਕਿਹੜੀ ਆ ਤੇ ਖੇਤ ਵਾਲੀ ਕਿਹੜੀ ਆ ਮੁੰਡਿਓ। ਯਾਰ ਕੰਮ ਪੁੱਠਾ ਹੋ ਗਿਆ ਮੈਨੂੰ ਲੱਗਦਾ, ਆਪਾਂ ਅੱਕੜ ਅੱਕੜ ਬੱਕੜ ਬੰਬੇ ਬੋ 80-90 ਪੂਰੇ 100 ਅੱਗੇ ਮੈਨੂੰ ਆਉਂਦੀ ਨਹੀਂ, ਤੇ ਆਹ ਚੱਕ ਲਓ। ਓਏ ਸਪਿੰਕਰ, ਹਾਂ ਓਏ, ਆ ਕੀ ਕਰਤਾ ਪਨੀਰੀ ਨੂੰ? ਮੈਂ ਕੀ ਕੀਤਾ, ਕੌਣ ਨਹੀਂ ਕੀਤਾ ਗਿਆ ਮੈਂ? ਓਏ ਸਪਰੇ ਸੰਨੀਆ, ਸਪਰੇ ਇੰਨੀ ਕੀਤੀ ਹੈ ਨਾ ਬਾਈ? ਸਪਰੇ ਜਿਹੜੀ ਤੂੰ ਆਖੀ ਸੀ ਮੈਂ ਉਹੀ ਕੀਤੀ ਆ ਬਾਈ, ਉੱਥੇ ਦੋ ਡਰਮੀਆਂ ਪਈਆਂ ਸੀਗੀਆਂ, ਠੀਕ ਹੈ, ਸੱਜੇ ਵਾਲੀ ਚੱਕ ਕੇ ਮੈਂ ਲੈ ਆਇਆ ਬਾਈ। ਮੇਰੇ ਤੋਂ ਪੈਸੇ ਮੰਗਦਾ, ਦੇਖ ਮੇਰੀ ਤਾਂ ਸ਼ਰਟ ਵੀ ਪਿੱਛੋਂ ਪਾਟੀ ਆ ਕੱਛਾਂ ਤੋਂ, ਯਾਰ ਆਹ ਦੇਖ ਲਾ ਬਾਈ। ਲਓ ਬਾਈ ਮੁੰਡਿਓ ਟਰੈਕਟਰ ਲਿਆਂਦਾ, ਹੁਣ ਭਲਵਾਨ ਭਲਵਾਨ ਨਾਲ ਖਿੱਚਣੇ ਆ, ਸਾਰੇ ਦੇਖਦੇ ਆ ਭਲਵਾਨ ਵਾਕਈ ਭਲਵਾਨ ਆ ਕਿ ਨਾਮ ਦਾ ਹੀ ਭਲਵਾਨ ਆ। ਹੈਪੀ ਤਾਂ ਕਹਿੰਦਾ ਰਹਿੰਦਾ ਇਹਨੂੰ ਭਲਵਾਨ ਭਲਵਾਨ ਭਲਵਾਨ, ਅੱਜ ਭਲਵਾਨ ਦਾ ਜ਼ੋਰ ਪਰਖਿਆ ਜਾਣਾ ਮੁੰਡਿਓ, ਕਿਉਂਕਿ ਪਿੱਛੇ 4 ਟਰੈਕਟਰ ਆ, 3 ਟਰੈਕਟਰ ਖੁੱਬੇ ਵੇ, ਉਹ ਵੀ 2 ਕੱਢਣੇ ਆ ਮੁੜ ਕੇ ਬਾਅਦ 'ਚ, ਅਤੇ ਆ ਜਾ ਬਾਈ ਹੈਪੀ। ਹੈਲੋ ਮੁੰਡਿਓ, ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਐਫ ਐਸ ਦੀ ਇੱਕ ਹੋਰ ਵੀਡੀਓ ਦੇ ਵਿੱਚ। ਅਤੇ ਮੁੰਡਿਓ ਅੱਜ ਆਪਾਂ ਕਟਿੰਗ ਕੁਟਿੰਗ ਕਰਾ ਕੇ ਆਏ ਹਾਂ, ਕਿਉਂਕਿ ਅੱਜ ਲਾਉਣਾ ਆਪਾਂ ਝੋਨਾ, ਅਤੇ ਸਾਹਮਣੇ ਹੈਪੀ ਵੀ ਆਪਣਾ ਇੰਤਜ਼ਾਰ ਕਰਦਾ ਹੀ ਪਿਆ, ਅਤੇ ਉਹਦੇ ਕੋਲ ਚੱਲਦੇ ਹਾਂ। ਆ ਜਾ ਬਈ, ਆ ਜਾ ਆ ਜਾ ਆ ਜਾ ਆ ਜਾ ਆ ਜਾ, ਉਹ ਕਟਾਇਆ ਇਹ ਵਾਲ ਵੂਲ, ਉਹ ਕਿਹੜਾ ਕਿਹੜਾ ਮਿੱਤਰੋ ਪਛਾਣ ਹੀ ਨਹੀਂ ਹੁੰਦੀ। ਆਈਆਂ ਸੰਨੀ ਕਿਹੜਾ ਤੇ ਸਪੀਕਰ ਕਿਹੜਾ, ਤੇ ਮੁੰਡਾ ਜਿਹਾ ਲੱਗਦਾ ਨਾ ਮੈਂ। ਉਹ ਕਿਹੜਾ ਮੁੰਡਾ, ਮੁੰਡੇ ਤਾਂ ਦੋਨੇ ਹੀ ਲੱਗੀ ਜਾਂਦੇ ਹੋ। ਓਏ ਉਹ ਤਾਂ ਛਪਰੀ ਲੱਗਦਾ ਪਿਆ, ਗਜਨੀ ਵਾਲਾ, ਗਜਨੀ ਵਾਲਾ। ਅੱਛਾ ਗਜਨੀ ਵਾਲਾ ਸੰਨੀ, ਤੇ ਆਹ ਸਪੀਕਰ ਕਿਆ ਬਾਤ ਹੈ ਬਾਈ, ਕਿਆ ਬਾਤ ਹੈ ਬੰਦੇ ਤੇਰੇ, ਜਾਉ ਲੈਣ ਬਣਾਈ ਫਿਰਦਾ ਇਹ ਵੀ। ਤੇ ਸੰਨੀ ਫਿਰ ਲਿਆਈਏ ਆਪਾਂ ਮਸ਼ੀਨ ਮਸ਼ੂਨ 'ਚ ਵੱਡੀ ਪੋਪ ਲੈਣ, ਚਲੋ ਬੁੱਕ ਤਾਂ ਕਰਦੀ ਸੀਗੀ ਮੈਂ, ਉਹਦੇ ਨਾਲ ਹੀ ਨਹੀਂ ਕੱਢਣੇ ਆ। ਤੇ ਸਪੈਂਕਰ ਤੂੰ ਕੰਮ ਕਰੇਗਾ ਬਈ ਇੱਕ, ਕਿਹੜਾ? ਤੂੰ ਐਂ ਕਰ, ਉਹ ਥੇ ਨਾ ਆਪਣੇ ਪਾਰਾਂ ਦੋ ਡਰਮੀਆਂ ਪਈਆਂ ਸਪਰੇ ਵਾਲੀਆਂ, ਤੇ ਆਪਣੀ ਨਾ ਪਨੀਰੀ ਦੇ ਉੱਤੇ ਸਪਰੇ ਕਰ ਦੇ ਥੋੜੀ ਜੀ, ਇੱਕ ਕਾਲੀ ਆ ਬਚਾ ਕੇ ਚੱਕੀ, ਠੀਕ ਆ ਡਰਮੀ। ਠੀਕ ਆ, ਯਾਰ ਉਹਨੇ ਤਾਂ ਆਖਿਆ ਸੀਗਾ ਇੱਕ ਕਾਲੀ ਆ ਤੇ ਦੂਜੀ ਹੈਗੀ ਆ ਖੇਤ ਵਾਲੀ, ਹੁਣ ਦੋਵੇਂ ਇੱਕੋ ਜੀਆਂ, ਇਹਦੇ ਚੋਂ ਕਾਲੀ ਕਿਹੜੀ ਆ ਤੇ ਖੇਤ ਵਾਲੀ ਕਿਹੜੀ ਆ ਮੁੰਡਿਓ। ਯਾਰ ਕੰਮ ਪੁੱਠਾ ਹੋ ਗਿਆ ਮੈਨੂੰ ਲੱਗਦਾ, ਆਪਾਂ ਅੱਕੜ ਅੱਕੜ ਬੱਕੜ ਬੰਬੇ ਬੋ 80-90 ਪੂਰੇ 100 ਅੱਗੇ ਮੈਨੂੰ ਆਉਂਦੀ ਨਹੀਂ, ਤੇ ਆਹ ਚੱਕ ਲਓ। ਲੈ ਵੀ ਮੁੰਡਿਓ ਸਪਰੇ ਲਈ ਚੱਕ, ਅਤੇ ਹੁਣ ਜਾ ਕੇ ਪਾਉਂਦੇ ਹਾਂ ਆਪਾਂ। ਆਓ ਵੇ ਮੁੰਡਿਓ, ਦੀਦੇ ਤੁਹਾਡੇ ਆਪਣੇ ਟਰੈਕਟਰ ਵੀ ਖੁੱਬੇ ਹੋਏ ਆ, ਉਹ ਵੀ ਅੱਜ ਕੱਢਣੇ ਆ, ਉਹ ਲੈਣ ਗਏ ਆ ਸਮਾਨ ਸਮੂਨ, ਅਤੇ ਉਦੋਂ ਬਾਅਦ ਦੇਖਦੇ ਹਾਂ ਜਦੋਂ ਨਿਕਲ ਗਏ ਕਿਵੇਂ ਕੱਢਦੇ ਹਾਂ ਟਰੈਕਟਰ, ਕਿਹੜੀ ਮਸ਼ੀਨ ਨਾਲ ਕੱਢਦੇ ਹਾਂ। ਲੈ ਵੇ ਮੁੰਡਿਓ ਖੇਤ 'ਚ ਪਹੁੰਚ ਗਏ ਸੀ, ਅਤੇ ਮਾਰਦੇ ਹਾਂ ਸਪਰੇ ਪਨੀਰੀ ਦੇ ਉੱਤੇ। ਚੱਲ 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 ਮੁੰਡੇ, ਹੌਲੀ ਹੌਲੀ ਮਾਰਨੀ ਪੈਣੀ ਆ, ਮੂੰਹ ਬਾਹ ਬੰਨ ਲਏ ਸੀਗੇ ਆਪਾਂ, ਅਤੇ ਚਲੋ ਸਪਰੇ ਮਾਰਦੇ ਮਾਰਦੇ ਗਾਂਹ ਨੂੰ ਜਾਂਦੇ ਹਾਂ। ਓਏ ਹਾਂ ਸਪਿੰਕਰਾ, ਹੋ ਗਈ ਸਪਰੇ? ਆ ਹੋ ਗਈ, ਡਨ 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 ਆ, ਬਸ ਠੀਕ ਆ, ਰੱਖਦੇ ਡਰਮੀ ਤੇ ਆ ਜਾ ਟਰੈਕਟਰ ਕੱਢ ਕੇ ਪਹਿਲਾਂ ਦਾ ਯਾਰ। ਸੰਨੀ ਬਾਈ, ਓ ਬਾਈ, ਹੈਲੋ, ਉਹ ਮੈਂ ਕਹਿੰਦਾ ਪਰਾਂ ਦੀ ਜਾਊ ਫਿਰ ਅੰਦਰ, ਤਾਂ ਜੇ ਅੰਦਰ ਲੈ ਕੇ ਜਾਣਾ ਤਾਂ ਟਰੱਕ ਨੂੰ ਉਰਲੇ ਖੇਤ 'ਚ ਪਾ ਕੇ ਜਮਾਂ ਬੈਕ ਕਰ ਦਿੰਦਾ। ਚੱਲ ਦੇਖ ਲੈ, ਜਿਵੇਂ ਤੇਰਾ ਚਿੱਤ ਮੰਨਦਾ ਉਵੇਂ ਕਰ ਲਾ। ਮੈਂ ਇਹ ਵੀ ਨਾ ਖੁੱਬ ਜੇ ਮੇਰਾ ਭਰਾ, ਇਹ ਖੁੱਬ ਗਿਆ ਫਿਰ ਆਪਾਂ ਝੋਟੇ ਨੂੰ ਲਿਆਵਾਂਗੇ, ਤੇ ਝੋਟਾ ਵੀ ਖੁੱਬ ਗਿਆ ਫਿਰ ਉਹਦੇ ਰਹਿੰਦਾਗੇ ਬਈ ਯਾਰ। ਤੇ ਉਹ ਹੋਲੈਂਡ ਦੀ ਨਾ ਉਹ ਧੂਖ ਹੋਇਆ ਬਈ, ਉਹਨੂੰ ਕੱਢਦੇ ਕੱਢਦੇ 855 ਖੁੱਬਿਆ ਬਈ,
ਉਹਨੂੰ ਕੱਢਦੇ ਕੱਢਦੇ ਜੌਂਡੀਅਰ ਖੁੱਬੇ ਤੇ ਉਹਨੂੰ ਕੱਢਦੇ ਨਾਟਗੇਰਾ ਤੇ ਉਹਨੂੰ ਕੱਢਦੇ ਫਾਰਮ ਜੇ ਉਹਨੂੰ ਕੱਢਦੇ ਆ ਵੀ ਖੁੱਬ ਗਿਆ ਫਿਰ ਕਿੱਡੀ ਕੀ ਗੱਲ ਆ ਚੱਲ ਕੋਈ ਨੀ ਮੈਨੂੰ ਉਮੀਦ ਹੈਗੀ ਆ ਕੱਢ ਦੂਗਾ ਇਹ ਚੱਲ ਬਾਈ ਸੰਨੀ ਉਮੀਦ ਤੇ ਕਰਾ ਉਤਰੀ ਓਏ ਥੱਲੇ ਸੜ ਤੇ ਛਤਰੀ ਤੋੜੇਗਾ ਅੰਦਰ ਨੂੰ ਖਿੱਚ ਇਹਨੂੰ ਮਸ਼ੀਨ ਨੂੰ ਖਿੱਚਲਾ 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 ਖਿੱਚ 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 ਆਉਂਦੇ ਥੱਲੇ ਨੂੰ ਨੀਵੀਂ ਆਉਂਦੇ ਆਉਂਦੇ ਮਾੜੀ ਆਉਂਦੇ ਆਉਂਦੇ ਚੱਲ ਹੈਪੀ ਪਾ ਪਾਣੀ ਦੇ ਓਏ ਫੜ ਕੇ ਪਾ ਦੇ ਮਾੜੇ ਮੜੇ ਖੱਬੇ ਨੂੰ ਘੁਮਾ ਖੱਬੇ ਨੂੰ ਘੁਮਾ ਓਏ ਸੱਜਾ ਥਾਲਿਓ ਪੁੱਠਾ ਸਿੱਧਾ ਹੀ ਚੱਲਦੇ ਹੋ ਘਮਾਲਾ 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 ਏ ਬਸ 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 ਰੁਕ ਜਾ ਆਉਂਦੇ ਥੱਲੇ ਨੂੰ ਮਾੜੀ ਥੱਲੇ ਹਾਂ ਹਾਂ ਥੱਲੇ ਮਾੜੀ ਜੀ ਮਾੜੀ ਜੀ ਹੋਰ ਮਾੜੀ ਜੀ ਹੋਰ ਮਾੜੀ ਜੀ ਹੋਰ ਬਸ 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 ਲਓ ਵੀ ਮਿੱਤਰੋ ਇੱਕ ਦੋ ਤਿੰਨ ਤੇ ਠੀਕ ਆ ਤੇ ਸਪੈਂਕਰਾ ਤੂੰ ਕਰ ਤੇ ਮੈਂ ਤੇ ਸੰਨੀ ਫਿਰ ਖਿੱਚ ਲਾਂਗੇ ਮਿੰਟੋ ਮਿੰਟੀ ਮੈਂ ਵਿਚਾਲੇ ਜੇ ਕੱਢਦਾ ਦੋਹਾਂ ਨੂੰ ਆਵਾਜ਼ ਸੁਣ ਜੂ ਫਿਰ ਆਹੋ ਆਹੋ ਉੱਚੀ ਬੋਲੀ ਮੜਾ ਜਾ ਇੱਕ ਦੋ ਤਿੰਨ ਚੱਲ ਸੰਨੀ ਚੱਲ 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 ਬਣੂ ਗੱਲ ਬਣੂ ਗੱਲ ਬਣੂ ਗੱਲ ਬਣੂ ਗੱਲ ਬਣੂ 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 ਬੈਕ ਨੂੰ ਬੈਕ ਨੂੰ ਬਾਣੂ ਬੈਕ ਨੂੰ ਭਗਦਾ ਹੁੰਦਾ ਪਿਆ ਵੇ ਕਰੇਨ ਦੇ ਚੱਕਰਾਂ 'ਚ ਪਾ ਦਾ ਤੂੰ ਮੈਨੂੰ ਉਹੀ ਤਾਂ ਹੈ ਯਾਰ ਟਰੈਕਟਰ ਲੈ ਆਓ ਐਦੂ ਚੰਗਾ ਯਾਰ ਇਹਨੂੰ ਕਾਰ ਇਕੱਠਾ ਦੇ ਲੈ ਕੀ ਖੇਡ ਜੀ ਲੈ ਆਂਦੀ ਇਹ ਟਰੈਕਟਰ ਨਾ ਕੱਢਦੇ ਆ ਖੇਡ ਜੀ ਕੋਈ ਲੱਗਦੀ ਯਾਰ ਮੋਹ ਵਾਲੀ ਲੱਗਦੀ ਮੈਂ ਤੈਨੂੰ ਆਖਿਆ ਤਾਂ ਸੀਗਾ ਜੇਵ ਜੀ ਕੋਕੋ ਜੀ ਕੋਕੋ ਦੇ ਬੱਚੇ ਹੋਣਗੇ ਕੱਲ ਤੈਨੂੰ ਆਖਿਆ ਸੀ ਮੈਂ ਓਏ ਸਪੈਂਕਰ ਹਾਂ ਓਏ ਆ ਕੀ ਕਰਤਾ ਪਨੀਰੀ ਨੂੰ ਮੈਂ ਕੀ ਕੀਤਾ ਕੌਣ ਨਹੀਂ ਕੀਤਾ ਗਿਆ ਮੈਂ ਓਏ ਸਪਰੇ ਸੰਨੀਆਂ ਸਪਰੇ ਇੰਨੀ ਕੀਤੀ ਹੈ ਨਾ ਬਾਈ ਸਪਰੇ ਜਿਹੜੀ ਤੂੰ ਆਖੀ ਸੀ ਮੈਂ ਉਹੀ ਕੀਤੀ ਹੈ ਬਾਈ ਉੱਥੇ ਦੋ ਡਰੰਮੀਆਂ ਪਈਆਂ ਸੀਗੀਆਂ ਠੀਕ ਹੈ ਸੱਜੇ ਵਾਲੀ ਚੱਕ ਕੇ ਮੈਂ ਲੈ ਆਇਆ ਹਾਏ ਓਏ ਸੱਜੇ ਵਾਲੀ ਚੱਕ ਲਿਆ ਉਹ ਤੈਨੂੰ ਕਿਹਾ ਸੀ ਇੱਕ ਕਾਲੀ ਉਹਨੇ ਚੈੱਕ ਤਾਂ ਕਰਨੀ ਸੀ ਤੂੰ ਬਾਈ ਤੂੰ ਮੈਨੂੰ ਆਖਿਆ ਹੀ ਨਹੀਂ ਕਿਹੜੀ ਚੱਕ ਕੇ ਲਿਆਉਣੀ ਆ ਮੈਂ ਚੱਕ ਲਿਆ ਦੋਹਾਂ ਚੋਂ ਅੱਕੜ ਬੱਕੜ ਬੰਬੇ ਬੋ ਕਰਕੇ ਅੱਕੜ ਬਾਈ ਯਾਰ ਦੇਖ ਲਓ ਮਿੱਤਰੋ ਸਾਰੀ ਪਨੀਰੀ ਖਰਾਬ ਕਰਦੀ ਹੁਣ ਝੋਨਾ ਕਿਵੇਂ ਲਾਵਾਂਗੇ ਕੁਛ ਹੋਰ ਵੀ ਕੀਤਾ ਜਿਹੜੇ ਆਏ ਕਰਦੇ ਆ ਬੋਰੀਆਂ ਪਈਆਂ ਆਪਣੇ ਝਲੂੰਗਾ ਸਵਾਉਂਦੇ ਆ ਉਹਦੇ ਨਾਲ ਛਿੱਟਾ ਦੇ ਦਿੰਦੇ ਝੋਨੇ ਦਾ ਹੋ ਗਿਆ ਨਾ ਹੋਇਆ ਨਾ ਹੋਇਆ ਤੇ ਜੇ ਨਾ ਹੋਇਆ ਤੁਸੀਂ ਤਾਂ ਫੇਰ ਗਾਲਾਂ ਕੱਢੋਗੇ ਮੈਨੂੰ ਯਾਰ ਜਾਂ ਜਾਂ ਹੀ ਹੋਊਗਾ ਬਾਈ ਮੈਨੂੰ ਕੀ ਪਤਾ ਸੀ ਲੈ ਦੱਸ ਯਾਰ ਹੁਣ ਦੋ ਡਰੰਮੀਆਂ ਪਈਆਂ ਸੀ ਮੈਂ ਚੱਕ ਕੇ ਲਿਆ ਇੱਕ ਕਰਦਾ ਐ ਕਰਦਾ ਮੈਨੂੰ ਪ੍ਰਾਪਰਟੀ ਦੀ ਇਨਕਮ ਆਈ ਆ ਥੋੜੀ ਜੀ ਤੇ 70 ਯਾਰ ਬਈ ਗਲਤੀ ਤੇਰੀ ਵੀ ਹੈ ਵਿੱਚ ਤੂੰ ਵੀ ਦੱਸਣਾ ਸੀ ਇਹਨੂੰ ਬਾਈ ਮੇਰੇ ਤੋਂ ਪੈਸੇ ਮੰਗਦਾ ਦੇਖ ਮੇਰੀ ਤਾਂ ਸ਼ਰਟ ਵੀ ਪਿੱਛੋਂ ਪਾਟੀ ਆ ਕੱਛਾਂ ਤੋਂ ਯਾਰ ਆ ਦੇਖ ਲੈ ਬਈ ਦਿਖਾਈ ਹਾਏ ਓਏ ਗਰੀਬੀ ਦਾ ਵਾਦ ਹੈ ਕੀ ਤੂੰ ਤਾਂ ਐ ਕਰਦਾ ਫਿਰ ਮੈਂ ਟਰੈਕਟਰ ਲੈ ਆਉਂਦੇ ਆ ਏਜੰਸੀ ਚੋਂ ਮਿਲ ਜੂਗਾ ਹੁਣ ਸਟਾਕ 'ਚ ਹੀ ਹੋਣਗੇ ਝੋਨਾ ਲਾਉਣ ਵਾਲੀ ਉਹ ਠੀਕਾ ਬੀਜਾ ਖਲਾਰ ਕੇ ਤੇ ਉਹ ਤੇਜ ਸਿੜਦਾ ਵਾ ਝੋਨੇ ਦੇ ਵੀ ਨੂੰ ਤੇ ਕੱਦੂ ਦੇ ਵਿੱਚ ਖੁੱਭ ਜਾਂਦਾ ਇਹਦਾ ਕੀ ਕਰਨਾ ਫਿਰ ਇਹਨੂੰ ਵਾਧਾਂਗੇ ਫਿਰ ਵਿੱਚ ਹੀ ਹੋਰ ਕੀ ਆ ਹੋਰ ਤਾਂ ਨਹੀਂ ਕਿਤੇ ਸਪਰੇ ਵਿੱਚ ਖਾਲੀ ਬਾਂਝ ਤਾਂ ਨਹੀਂ ਕਰਤੀ ਸੀ ਨਾ ਨਹੀਂ ਨਹੀਂ ਇੱਥੇ ਕੀਤੀ ਇੱਥੇ ਕੀਤੀ ਓਏ ਹਾਂ ਕੀ ਠੰਡਕ ਠੰਡਕ ਕਰੀ ਬੈਠੇ ਹੋ ਅੰਦਰ ਓਏ ਗਰਮੀ ਲੱਗਦੀ ਸੀ ਏਸੀ ਛੱਡ ਕੇ ਬੈਠੇ ਸੀ ਗੱਡੀ 'ਚ ਮਾੜਾ ਜਿਹਾ ਓਏ ਆ ਜਾ ਆ ਜਾ ਆ ਜਾ ਲਓ ਬਾਈ ਮੁੰਡੇ ਉਹ ਟਰੈਕਟਰ ਲਿਆਂਦਾ ਹੁਣ ਭਲਵਾਨ ਭਲਵਾਨ ਨਾਲ ਖਿੱਚਣੇ ਆ ਸਾਰੇ ਦੇਖਦੇ ਆ ਭਲਵਾਨ ਵਾਕਈ ਭਲਵਾਨ ਆ ਕਿ ਨਾਮ ਦਾ ਹੀ ਭਲਵਾਨ ਆ ਹੈਪੀ ਤਾਂ ਕਹਿੰਦਾ ਰਹਿੰਦਾ ਇਹਨੂੰ ਭਲਵਾਨ 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 ਅੱਜ ਭਲਵਾਨ ਦਾ ਜ਼ੋਰ ਪੱਠ ਆਣਾ ਮੁੰਡੇ ਕਿਉਂਕਿ ਪਿੱਛੇ ਚਾਰ ਟਰੈਕਟਰ ਆ ਤਿੰਨ ਟਰੈਕਟਰ ਖੁੱਬੇ ਵੇ ਉਹ ਵੀ ਦੋ ਕੱਢਣੇ ਆ ਮੁੜ ਕੇ ਬਾਅਦ 'ਚ
ਤੇ ਆ ਜਾ ਬਈ ਹੈਪੀ ਪਹਿਲਵਾਨ ਲਿਆਂਦਾ ਸਪਾਈਕਰਾਂ ਦੇਖੀ ਜ਼ੋਰ ਜ਼ੋਰ ਵੇਖੀ ਮਾਰਦਾ ਤੇ ਛੱਕ ਨਾ ਕਰ ਪਹਿਲਵਾਨ ਦੀ ਪਾਵਰ ਤੇ ਤੂੰ ਇਹ ਤਾਂ ਦੇਖਦੇ ਆ ਹੁਣ ਮਾਰਦਾ ਤੂੰ ਬੈਠ 69 ਤੇ ਸੰਨੀਆਂ ਨਿਗਾਹ ਰੱਖੀ ਕੋ ਟੁੱਟਦਾ ਭਾਈ ਦਾਦਾ ਨਹੀਂ ਠੀਕ ਆ ਚੰਗਾ ਮੜਾ ਇਹ ਕਰੜਾਇਆ ਕਰਕੇ ਛੱਡਣ ਲੱਗਾ ਬੰਦ ਹੋ ਗਿਆ ਲੈ ਓਏ ਉਹ ਸੜਪ ਤੇ ਪੈਰ ਉੱਤੇ ਰੱਖਿਆ ਗਿਆ ਚਾਬੀ ਦੇ ਬੂਟਾ ਵੱਜ ਗਿਆ ਸੀ ਕਰਕੇ ਸਟਾਰਟ ਸਪੈਂਕਰਾ ਕਰ ਲਾ ਸਟਾਰਟ ਮਾਰ ਇੰਜਨ ਸਟਾਰਟ ਕਰ 11 ਦੀ ਚਲੋ ਬਈ ਮਤਰੋ ਮਾਰ ਕੇ 1 2 3 ਕਰਦੀ ਸੰਨੀ 1 2 3 ਲਓ ਵੀ ਮਤਰੋ ਕਹਿੰਦੇ ਪਾਕੇ ਲੈ ਯੂ ਬੱਲੇ 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 ਲਓ ਵੀ ਮਤਰੋ ਕਹਿੰਦੇ ਜ਼ੋਰ ਲੱਗਦਾ ਲੱਗਦਾ ਜ਼ੋਰ ਲੱਗ ਗਿਆ ਓਏ 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 ਆ ਬੈਠ ਉਹ ਖੋ ਵੀ ਨਾ ਖੋਬ ਜੇ ਧਿਆਨ ਨਾਲ ਤੇ ਟਾਇਰ ਫਸਦੇ ਪਏ ਆ ਥੋੜਾ ਜਿਹਾ ਧਿਆਨ ਨਾਲ ਮਤਰੋ ਥੋੜਾ ਜਿਹਾ ਧਿਆਨ ਨਾਲ ਉਹ ਬੱਲੇ 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 ਤੂੰ ਵੀ ਮਰਾਣਾ ਜ਼ੋਰ ਮੜਾ 69 ਦਾ ਵੀ ਓਏ ਮੈਂ ਕਿ ਖਿੱਚੀ ਜਾਂਦਾ ਤੂੰ ਖਿੱਚ ਲੇਗਾ ਬੱਲੇ 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 ਕੀ ਆਵਾਜ਼ ਹੈ ਕੀ ਆਵਾਜ਼ ਹੈ ਓਏ ਆ ਕੌਣ ਆ ਗਿਆ ਓਏ ਪਤਾ ਨਹੀਂ ਬਾਬਾ ਆ ਕੇ ਖੜ ਗਿਆ ਓ ਕਾਕਾ ਹਾਂ ਬਾਬਾ ਜੀ ਓ ਕਾਕਾ ਮੈਂ ਤੁਹਾਨੂੰ ਦੇਖਦਾ ਉੱਥੋਂ ਕਿੰਨਾ ਟਾਈਮ ਹੋ ਗਿਆ ਮੈਨੂੰ ਦੇਖਦੇ ਨੂੰ ਤੁਸੀਂ ਟਰੈਕਟਰ ਬਸਾਈ ਫਿਰਦੇ ਹੋ ਬਸ ਖੁੱਬ ਗਏ ਸੀ ਬਾਬਾ ਕੱਦੂ ਕਰਦੇ ਨੂੰ ਕੀ ਕਰ ਗਏ ਕੱਦੂ ਤੁਹਾਨੂੰ ਕੱਦੂ ਕਰਨਾ ਨਹੀਂ ਆਉਂਦਾ ਤੂੰ ਆ ਜਾ ਤੂੰ ਬਹਿ ਜਾ ਟਰੈਕਟਰ ਤੇ ਫਿਰ ਬਾਬਾ ਹੋਰ ਕੀ ਆ ਤੂੰ ਕੱਢ ਦੇ ਟਰੈਕਟਰ ਲਿਓ ਤੈਨੂੰ ਕਦੋਂ ਕਰਨਾ ਨਹੀਂ ਆਉਂਦਾ ਤੈਨੂੰ ਕਦੋਂ ਕਰਨਾ ਸਿਖਾਉਣਾ ਪੈਣਾ ਹੁਣ ਬਾਬਾ ਲੱਗਦਾ ਤੇਰੇ ਵਾਲ ਕੰਬ ਜੀ ਉੱਡੇ ਆ ਹਨਾ ਹੈ ਬਾਬਾ ਤੁਹਾਨੂੰ ਸੋਲਿਓ ਪਤਾ ਨਹੀਂ ਆ ਇਹਨੂੰ ਤੀਜੇ ਲੋਜ ਪਾ ਓਏ ਕਿਹੜਾ ਡਰਾਈਵਰ ਆ ਦਾ ਤੀਜੇ ਲੋਜ ਮੈਂ ਆ ਮੈਂ ਆ ਬਾਬਾ ਉਹ ਬਾਬਾ ਲੋ ਹੀ ਗੇਅਰ ਹੈ ਨਹੀਂ ਸਿੱਧੇ 15 ਇਹਦੇ ਹੁਣ ਦੱਸ ਕਿਹੜੇ ਗੇਅਰ ਚ ਪਾਣਾ ਫਿਰ ਪਹਿਲੇ ਪਹਿਲੇ ਤੀਜੇ ਚ ਪਾਣਾ ਬੋਲੇ ਤੀਜੇ ਚ ਪਾਣਾ ਚਲ ਕਾਕਾ ਤੂੰ ਆ ਦੱਸ ਇੱਕ ਮਿੰਟ ਬਾਬਾ ਸਪੀਨਰ ਖਲਾ ਦਾ ਮਤਲਬ ਗੇਅਰ ਹੋ ਗਿਆ ਪਿੱਛੇ ਵਾਲੇ ਕੋ ਆ ਬੈਠਾ ਆ ਮੁੱਛਾਂ ਵਾਲਾ ਬੈਠਾ ਓਏ ਇਹਨੂੰ ਤਾਰ ਓਏ ਇਹਨੂੰ ਤਾਰੋ ਕਾਕਾ ਥੋੜਾ ਪਰਲੇ ਪਾਸੇ ਖੜਾ ਮੁੰਡਾ ਓਏ ਤੂੰ ਓਏ ਤੂੰ ਬੈ ਓਏ ਤੂੰ ਮੈਨੂੰ ਲੱਗਦਾ ਵੀ ਤੂੰ ਥੋੜਾ ਜਿਹਾ ਨਹੀਂ 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 ਪਾਏ ਕਾਕਾ ਤੂੰ ਮੈਨੂੰ ਲੱਗਦਾ ਉਹਨੂੰ ਸਟੇਰਿੰਗ ਤੋਂ ਅਲਰਜੀ ਆ ਬਾਬਾ ਤਾਂ ਹੀ ਹੱਥ ਤੇ ਦਸਤਾਨੇ ਪਾਈ ਬੈਠਾ ਤੂੰ ਕਾਕਾ ਤੂੰ ਫਿਰ ਐਂ ਕਰ ਤੂੰ ਪਿੱਛੇ ਵਾਲੇ ਨੂੰ ਨਾਲ ਜ਼ੋਰ ਲਾਓ ਤੇ ਦੋਨੋਂ ਲਾਓ ਜ਼ੋਰ ਤੇ ਡਿਗਲੂ ਬਾਹਰ ਇਹ ਤਾਂ ਮੇਰੇ ਜਿਹੜੇ ਮੈਂ ਬਾਦ ਆਪਣੇ ਚੜਾਏ ਆ ਉਹ ਐ ਨਹੀਂ ਚੜਾਏ ਹੈਗੇ ਠੀਕ ਆ ਬਾਬਾ ਨਹੀਂ ਤੈਨੂੰ ਲੈ ਆਵਾਂਗੇ ਬੈਠੋ ਉੱਤੇ ਇਹਦੀ ਮੰਨ ਲੈ ਤੇ ਆ ਜਾਓ ਯਾਰ ਚਲੋ ਚਲੋ ਆਏ ਕਰਦੇ ਆ ਫਿਰ ਸੰਨੀ ਤੂੰ ਵੀ ਬੈਠ ਟਰੈਕਟਰ ਤੇ ਫਿਰ ਜੋਂਦੀਰ ਦਾ ਵੀ ਜ਼ੋਰ ਮਰਾ ਮਗਰ ਦੇ ਦਾ ਠੀਕ ਆ ਬਾਬਾ ਤਿੰਨਾਂ ਦਾ ਜ਼ੋਰ ਮਰਾ ਦੀਏ ਨਿਕਲ ਜੂ ਮੈਂ ਕਹਿੰਦਾ ਦੋਨੋਂ ਦਾ ਹੀ ਲਾ ਲਓ ਤਾਂ ਨਿਕਲ ਜਾਣਾ ਹੈ ਉਹ ਤੀਜੇ ਦੀ ਲੋੜ ਹੀ ਨਹੀਂ ਬਾਬਾ ਧਿਆਨ ਨਾਲ ਅਸੀਂ ਟਰੈਕਟਰ ਦਾ ਜ਼ੋਰ ਲਾਵਾਂਗੇ ਆਪਦਾ ਇੱਥੇ ਖੜਾ ਜ਼ੋਰ ਨਾਲ ਲਾਈਏ ਕਦੇ ਕੁਝ ਹੋਰ ਨਿਕਲ ਜੇ ਬਾਬਾ 1 2 3 ਕਰਦੀ ਫਿਰ ਓਏ 1 2 ਹਾਂ ਚਲ ਚਲ ਓ ਬੱਲੇ 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 ਬਾਬੇ ਦੀ ਸਕੀਮ ਤੋਂ ਮਿਲਾ ਦਾ ਕੰਮ ਆ ਗਈ ਚਲ 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 ਹਜੇ ਵੀ ਦਾਦਾ ਪਿਆ ਮਾੜਾ ਜਾ ਬਾਬੇ ਦਾ ਸੰਘ ਕਾਮਯਾਬ ਆ ਜੇ ਵੀ ਇੰਨੀ ਦੂਰੋਂ ਵੱਜਦਾ ਹੀ ਆਹੋ ਆਹੋ ਚੱਲ 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 ਬਈ ਨਿਕਲ ਕੇ ਬਣ ਗਈ ਗੱਲ ਬਈ ਮੂਹਰੇ ਹੁੱਕ ਹੈ ਨੀ ਗੀ ਤੇ ਆਈ ਮਾਰਦੇ ਟਰਾਈ ਹਲਾ ਨਾ ਪਾਉਂਦੇ ਇਹਨੂੰ ਡੰਡੇ ਨੂੰ ਚੱਲ ਚੱਲ
ਬੈਕ ਏਅਰ ਪਾਲਾ ਠੀਕ ਆ ਸਟਾਰਟ ਕਰਕੇ ਪਾਲਿਆ ਲੈ ਬਈ ਮਿੱਤਰਾ ਚੱਲ ਆਉਣ ਦੇ ਫਿਰ ਲਓ ਵੀ ਮਿੱਤਰੋ ਕਹਿੰਦੇ ਆਏ ਵੀ ਨਿਕਲ ਗਿਆ ਭਲਵਾਨ ਆ ਬਈ ਭਲਵਾਨ ਮੈਂ ਚੱਲਿਆ ਬਾਹਰ ਲੈ ਕੇ ਬਸ ਲੈ ਜਾ ਕੱਦੂ ਦਾ ਹੋ ਗਿਆ ਸੀ ਆਪਣਾ ਤੇਰੇ ਵਾਲਾ ਵੀ ਬੈਗ ਹੀ ਨਿਕਲੂ ਨਾ ਨਾ ਪੈ ਜਾ ਚੌਥਾ ਟਰੈਕਟਰ ਵੀ ਆਪਣਾ ਪੰਜਵਾਂ ਵੀ ਨਿਕਲ ਗਿਆ ਇਹਨੂੰ ਕੁਛ ਨੀ ਹੁੰਦਾ ਇਹ ਟਰੈਕਟਰ ਝੋਟਾ ਵਾ ਆਪਣਾ ਇਹ ਕਰਦੇ ਆਪਾਂ ਤਿੰਨੇ ਜਾਣੇ ਚੱਲਦੇ ਜਾਂਸੀ ਕਿ ਇੱਕ ਜਾਣਾ ਜਾ ਕੇ ਲੈ ਆਵੇ ਉਹ ਟਰੈਕਟਰ ਛੋਟਾ ਪਹਿਲਾਂ ਦੇਖੀ ਤਾਂ ਸਹੀ ਹੈ ਕੀ ਸ਼ੈ ਉਹ ਦੇਖ ਫਿਰ ਮਾਰ ਮੜੀ ਝਾਦੀ ਆ ਉਹ ਖੜਾ ਕੇ ਦੇਖ ਆਹ ਕੀ ਆ ਉਹ ਇੱਕ ਸਿਲੰਡਰ ਆ ਬਾ ਹੁਣ ਇਹਦੇ ਨਾਲ ਹੀ ਝੋਨਾ ਲਾਉਣਾ ਪੈਣਾ ਆਪਾਂ ਨੂੰ ਬਾਈ ਇਹ ਤਾਂ ਮੈਨੂੰ ਕੜੁੱਕਾ ਲੱਗਦਾ ਇਹ ਕੜੁੱਕੇ ਨਾਲੋਂ ਥੋੜ੍ਹਾ ਜਿਹਾ ਐਡਵਾਂਸ ਆ ਇਹ 'ਚ ਪਹਿਲਾਂ ਆਪਾਂ ਵੀਹ ਭਰਨੇ ਆ ਠੀਕ ਆ ਬੂਰੇ ਵਾਲੇ ਠੀਕ ਆ ਫਿਰ ਲੈ ਕੇ ਚੱਲਦੇ ਹਾਂ ਵੀਹ ਮੈਂ ਔਨਲਾਈਨ ਆਰਡਰ ਫੋਨ ਕਰਕੇ ਕਹਿਤਾ ਸੀ ਕਿ ਵੀਹ ਦੇ ਦਿਓ ਇਹ ਹੈ ਕੀ ਸ਼ੈ ਆ ਬਾਈ ਇਹ ਟਰੈਕਟਰ ਆ ਸੱਚੀ ਓਏ ਟਰੈਕਟਰ ਹੀ ਆ ਇਹ ਛੋਟੇ ਟਰੈਕਟਰਾਂ 'ਚ ਆਉਂਦਾ ਇਹ ਉਹ ਤੈਨੂੰ ਬਾਈ ਪੈਂਥਰ ਸਕੂਟਰੀ ਵਾਂਗੂ ਆ ਮੂਰੋ ਵੀ ਉਹ ਤਾਂ ਸਟੀਅਰਿੰਗ ਤਾਂ ਤੇ ਮੂਰੇ ਲਾਈਟ ਵੀ ਵੇਖ ਲਾਈਟ ਵੀ ਚੈੱਕ ਕਰ ਉਹ ਤੈਨੂੰ ਲੋ ਵੀ ਮੁੰਡੋ ਵੀ ਭਰ ਲਿਆ ਤੇ ਟਰੈਕਟਰ ਕਰਨ ਲੱਗਿਆ ਸਟਾਰਟ ਤੇ ਇਹਦੇ ਆਵਾਜ਼ ਕਿੱਦਾਂ ਆ ਕੀ ਆ ਹੈ ਹੈ ਉਹ ਬੱਲੇ 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 ਕਿਆ ਬਾਤ ਹੈ ਬਾਈ ਪਹਿਲਾਂ ਤਾਂ ਜਿਵੇਂ ਮੈਨੂੰ ਲੱਗਿਆ ਜਿਵੇਂ ਕੜੁੱਕਾ ਜਿਹਾ ਨਹੀਂ ਜਿਹੜਾ ਹੁੰਦਾ ਉਹ ਸਟਾਰਟ ਹੋਇਆ ਹਨਾ ਹਾਂ ਉਹ ਇੰਜਨ ਉਹਦੇ ਨਾਲ ਦਾ ਹੀ ਆ ਨਾ ਤੇਲ ਬਹੁਤ ਘੱਟ ਖਾਂਦਾ ਇਹ ਦੇਖਣਾ ਘੁੱਬਣਾ ਇਹ ਬਾਈ ਰੇਸ ਦੇਖ ਬਾਈ ਕੜੁੱਕਾ ਹੀ ਆ ਇਹ ਟਰੈਕਟਰ ਤਾਂ ਹੈ ਨਹੀਂ ਆਇਆ ਚੱਲੀਏ ਫਿਰ ਚੱਲ ਫਿਰ ਖੇਤ ਨੂੰ ਤੂੰ ਚੱਲ ਮੈਂ ਗੱਡੀ ਲੈ ਕੇ ਆਉਂਦਾ ਮਗਰ ਮਗਰ ਚੰਗਾ ਆਇਆ ਬਾਈ ਮੁੰਡੇ ਤਾਂ ਮਾਸਾ ਹੀ ਤੁਰੂਗਾ ਮੈਨੂੰ ਲੱਗਦਾ ਉਹ ਤੇਰੀ ਪੰਜ ਘੇਰਾ ਬਾਈ ਇਹਦੇ ਪੰਜ ਆ ਘੇਰ ਆਹੋ ਚੱਲ 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 ਆ ਜਾ ਮਿੰਟੋ ਮਿੰਟੀ ਆ ਜਾ ਹੈ ਮੈਂ ਚੱਲਦਾ ਮਿੰਟੋ ਮਿੰਟੀ ਚੱਲ ਚੱਲ ਲੈ ਬਾਈ ਮੁੰਡੇ ਉਹ ਆ ਗਏ ਆ ਖੇਤ 'ਚ ਲਕੜੁੱਕਾ ਜਿਹਾ ਲੈ ਕੇ ਮਸਾਂ ਹੌਲੀ ਹੌਲੀ ਚਲਾਉਂਦਾ ਆਇਆ ਮੁੰਡੇ ਉਹ ਮੈਨੂੰ ਆਏ ਸੀ ਬੀਨ ਆ ਵਿੱਚੋਂ ਡਿੱਗ ਜਾਣੀ ਆ ਤਾਂ ਤੀਕ ਲੱਦੇ ਪਏ ਆ ਮੈਂ ਤਾਂ ਆਪਾਂ ਬੋਰੀ ਰੱਖੀ ਵੀ ਸੀ ਮਸਾਂ ਹੀ ਮਸਾਂ ਹੀ ਮਸਾਂ ਹੀ ਆਈ ਆ ਗੱਡੀ ਮੈਂ ਕਹਿੰਦਾ ਦੱਬਦੀ ਸੀ ਥੋੜ੍ਹੀ ਜਿਹੀ ਬਾਈ ਯਾਰ ਘੈਂਟ ਆ ਯਾਰ ਇਹਦੇ ਟੈਟੂ ਜੀ ਮੈਨੂੰ ਤਾਂ ਘੈਂਟ ਲੱਗੀ ਜਾਂਦੇ ਮੇਰਾ ਤਾਂ ਬੜਾ ਜੀ ਲੱਗਿਆ ਯਾਰ ਚਲਾਉਂਦੇ ਆਉਂਦੇ ਹੋਏ ਯਾਰ ਟਰੱਕ ਟਰੁੱਕ ਪਾਸੇ ਕਰ ਦਈਏ ਯਾਰ ਆਪਾਂ ਮੜਾ ਜਾ ਕਰ ਦਿਓ ਯਾਰ ਮੈਂ ਤਾਂ ਮਹਾਂ ਕੱਢ ਰਿਹਾ ਉਹ ਯਾਰ ਬਾਈ ਆ ਤਾਂ ਮਾੜੀਆਂ ਮਾੜੀਆਂ ਥਾਵਾਂ ਤੋਂ ਆਰਾਮ ਨਾਲ ਨਿਕਲਦਾ ਯਾਰ ਬਾਈ ਸਰਾ ਕ੍ਰੀਪਰ ਹੀ ਆ ਇਹ ਪਰਾ ਹੋ ਜਾ ਪਰਾ ਥੱਲੇ ਲੈ ਦੂੰ ਕਿਰਪਾ ਕਰੇ ਮਿੱਤਰੋ ਝੋਨਾ ਆਪਣਾ ਸਹੀ ਹੋ ਜੇ ਨਹੀਂ ਤਾਂ ਕੰਮ ਖਰਾਬ ਹੋ ਜੂ ਇਹ ਮਿੰਨੀ ਟਰੈਕਟਰਾਂ ਦੇਖੋ ਇਹਦੇ ਕਰਾਰ ਕਰੂ ਸਾਰਾ ਕੁਝ ਵਿੱਚ ਹੀ ਹੁੰਦਾ ਹਾਂ ਕਿਵੇਂ ਆ ਛਮਕ ਛੱਲ ਹੈਂ ਕਿੱਧਰ ਚੱਲੀਆਂ ਹਾਂਜੀ ਤੁਸੀਂ ਮੈਨੂੰ ਮੇਰੇ ਮਗਰ ਕਿਉਂ ਆਉਂਦੇ ਹੋ ਹਮੇਸ਼ਾ ਤੁਸੀਂ ਤੁਸੀਂ ਜਾਓ ਉਧਰ ਝੋਨਾ ਲਾਓ ਆਪਣਾ ਜਾ ਕੇ ਓਏ ਮੈਂ ਤਾਂ ਬਸ ਕੁਛ ਨਹੀਂ ਮੈਂ ਤਾਂ ਤੁਹਾਨੂੰ ਲੰਘਦੇ ਨੂੰ ਦੇਖਿਆ ਯਾਰ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਬੜੇ ਸੋਹਣੇ ਲੱਗਦੇ ਆ ਤੁਸੀਂ ਤੁਹਾਡੇ ਘਰ ਕੋਈ ਮਦਰ ਸਿਸਟਰ ਨਹੀਂ ਹੈਗੀ ਬਦਤਮੀਜ਼ ਹੈਗੀ ਆ ਪਰ ਨੂੰ ਹੈ ਨਹੀਂ ਫਿਰ ਮੈਂ ਕੀ ਕਰਾਂ ਬਣ ਜੋ ਨਾ ਬਦਤਮੀਜ਼ ਨਾ ਹੋਂ ਤਾਂ ਕਿਤੇ ਸਾਹ ਨੂੰ ਜਾ ਬੁੱਧ ਚੱਲ ਲੰਘ ਜਾ ਕਾਲੋ ਜੀ
ਖੁੱਬਦਾ ਹੀ ਜਾਂਦਾ ਕਿਆ ਬਾਤ ਹੈ ਕਿਆ ਬਾਤ ਹੈ ਜਮਾਂ ਸਿਰਾ ਹੋਈ ਜਾਂਦਾ ਕੰਮ ਮੈਨੂੰ ਤਾਂ ਦੇਖ ਨਹੀਂ ਰਿਹਾ ਖੁੱਬਦਾ ਜਾਂਦਾ ਓਏ ਖੁੱਬਦਾ ਬੀ ਖੁੱਬਦਾ ਪਿਆ ਸਾਲਿਆ ਇੱਥੇ ਥੋੜੋ ਖੁੱਬਦੇ ਆ ਅੱਛਾ ਆ ਦੇਖ ਥੱਲੇ ਮੈਨੂੰ ਲੱਗਾ ਬੂਟੇ ਲੱਗਣਗੇ ਉਹਦੇ ਆਂਗੂ ਓ ਨਹੀਂ 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 ਬੂਟੇ ਹੁਣ ਬੂਟੇ ਦਾ ਮਚਾਤੇ ਸਾਰੇ ਤੂੰ ਅੱਛਾ ਮੈਂ ਨਾ ਹੀ ਬੋਲਣਾ ਤਾਂ ਚੰਗਾ ਨਾ ਧਰੋਈ ਜਾਂਦਾ ਹਾਏ ਓਏ ਚੰਗਾ ਚੰਗਾ ਕਰਦੀ ਜੇ ਥੱਕ ਗਿਆ ਤਾਂ ਹਾਕ ਮਾਰਦੀ ਲਾਉਂਗੀ ਮਿੱਤਰੋ ਕਹਿੰਦੇ ਸਪੀਕਰ ਨੇ ਕਮਾਂਡ ਸੰਭਾਲ ਲਈ ਕਹਿੰਦਾ ਸਾਰਾ ਝੋਨਾ ਮੈਂ ਲਾਉਂਗਾ ਅਤੇ ਤੁਸੀਂ ਵੱਟਾ ਬੂਟਾ ਪੋਚੋ ਬਾਬੂ ਨੂੰ ਕਰਤਾ ਨਾ ਕੋਈ ਵੱਟ ਬੂਟਾ ਹੈ ਹੀ ਨਹੀਂ ਇਹਨੂੰ ਐਂ ਕਹਿੰਦਾ ਕਿ ਵੱਟਾ ਬੂਚਣੀਆਂ ਪੈਣਗੀਆਂ ਇਹਨੂੰ ਪਤਾ ਹੀ ਨਹੀਂ ਸੀ ਕਿ ਵੱਟਾ ਬੂ ਹੈ ਹੀ ਨਹੀਂ ਵੱਟਾ ਕਿਤੇ ਮਤਲਬ ਵੱਡਾ ਟਾਕੀ ਹੈ ਅਤੇ ਆਹ ਇੰਨਾ ਉੱਚਾ ਇਹਨੂੰ ਕੀ ਪੋਚ ਕੇ ਕਰਨਾ ਇਹਨੂੰ ਐਂ ਲੱਗਦਾ ਕਿ ਮੈਂ ਕੰਮ ਤੋਂ ਬਚ ਗਿਆ ਪਰ ਕੀ ਮਾਪਾ ਲਾ ਲਈ ਮਿੱਤਰੋ ਕਿਆ ਵਾਰ ਹੈ ਚੱਕਦੇ ਚੱਕਦੇ ਕੰਮ ਹੈ ਨਵੇੜਦੇ ਹੋਇਆ ਮੁੜ ਜਾਂਦਾ ਇੱਕੇ ਦਾ ਵੀ ਮਿੱਤਰੋ ਇਹਨੂੰ ਬੀ ਚਾਹੀਦੇ ਆ ਮਿੰਟੋ ਮਿੰਟ ਇਹਦੇ ਹੱਥ ਬੀ ਲੈ ਕੇ ਚਲੀ ਗਏ ਲਓ ਬਾਈ ਮੁੰਡੇ ਲਾਸਟ ਕਿਹੜਾ ਹੀ ਆ ਆਲਮੋਸਟ ਸਾਰੇ ਬੀ ਆਪਾਂ ਲਾ ਤੇ ਆ ਅਤੇ ਬਸ ਇਸ ਤੋਂ ਬਾਅਦ ਜਾਂਦੇ ਹਾਂ ਉਹਨਾਂ ਨੂੰ ਆਵਾਜ਼ ਮਾਰਦੇ ਹਾਂ ਯਾਰ ਇਹ ਅੱਗਾ ਉੱਗਾ ਨਹੀਂ ਚੱਕਦਾ ਗਾ ਜਦੋਂ ਇੱਕਦਮ ਰੇਸ ਦੇ ਦਈਏ ਨਾ ਬਾਕੀ ਡਰਾਈਵਰ ਦਾ ਮੁੰਡੇ ਆਪਣੇ ਅੱਗਾ ਚੱਕ ਜਾਂਦੇ ਇਹ ਅੱਗਾ ਤੇ V6 ਇੰਜਨ ਲੱਗਾ ਉਹ ਚੱਕਦਾ ਹੀ ਨਹੀਂ ਮੈਂ ਤਾਂ ਆਪ ਕੋਸ਼ਿਸ਼ ਕੀਤੀ ਸੀ ਤੜਕਦਾ ਜ਼ਰੂਰ ਆ ਮੈਨੂੰ ਲੱਗਿਆ ਸੀ ਦੂਰੋਂ ਮੈਨੂੰ ਪਤਾ ਲੱਗ ਗਈ ਤੂੰ ਅੱਗੇ ਉੱਗੇ ਚਕਾਉਂਦਾ ਏਡਾ ਕੀ ਇੱਥੇ V6 ਇੰਜਨ ਲਾਇਆ ਵਾ ਅੱਗਾ ਚੱਕੂਗਾ ਓਏ ਮੈਂ ਕਿ ਕਈ ਵਾਰੀ ਲਾਇਆ ਹੀ ਹੁੰਦਾ ਇਦੂ ਵੱਡਾ ਦਾ ਚੇਨ ਫੋਰ ਇੰਜਨ ਹੁੰਦਾ ਵਾ ਲਓ ਵੀ ਮਿੱਤਰੋ ਕਿਆ ਬਾਤ ਹੈ ਕਰਦੇ ਬੰਦ ਹੋਣੇ ਨੂੰ ਲਓ ਬਾਈ ਮੁੰਡਿਓ ਝੋਨਾ ਆਪਾਂ ਲਾਤਾ ਅਤੇ ਮੁੰਡਿਓ ਹੋ ਜੇ ਇੱਦੂ ਪਹਿਲਾਂ ਆਪਾਂ ਨੂੰ ਗਾਲਾਂ ਪਾਏ ਆਣ ਕਿਉਂਕਿ ਤੁਹਾਨੂੰ ਵੀ ਪਤਾ ਆਪਾਂ ਪਨੀਰੀ ਦਾ ਤਰਾ ਹੀ ਕੱਢਤਾ ਸੀਗਾ ਅਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ